ਓਏ ਬੋਲ ਬਲਾਵਾ ਤੈਨੂੰ ਸਾਰਾ ਜੱਗ ਚੱਕ ਲੈ ਸਾਰਾ ਹੈ ਨਹੀਂ ਛੋਟਾ ਪਰ ਚੱਕ ਚੱਕੀ ਜਾਂਦਾ ਨਾ ਟੁੱਟੇ ਨਹੀਂ ਹੈਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਵੈਲਕਮ ਜੀ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਅਤੇ ਮੈਂ ਸ਼ਾਮ ਦੇ 5:45 ਹੋ ਗਏ 5 ਵਜਣ ਦੇ ਵਿੱਚ ਸਿਰਫ 15 ਮਿੰਟ ਰਹਿੰਦੇ ਹੁਣ ਅਤੇ ਅਸੀਂ ਬਲੌਗ ਸਟਾਰਟ ਕੀਤਾ ਗਾ ਸ਼ਾਮ ਨੂੰ ਸਾਰਾ ਦੁਪਹਿਰਾ ਮੈਂ ਘਰ ਸੀ ਬਿਲਕੁਲ ਫਰੀ ਸੀ ਯਾਨੀ ਕਿ ਅਤੇ ਬਿਮਾਰ ਸੀ ਥੋੜ੍ਹਾ ਜਿਹਾ ਗਲਾ ਦੁੱਖਦਾ ਸੀ ਮੇਰਾ ਅਤੇ ਉਦੋਂ ਮੈਂ ਬਾਹਰ ਨਹੀਂ ਆਇਆ ਹੈਗਾ ਕੁਛ ਹੈਰੀ ਗਿਆ ਹੋਇਆ ਸੀ ਮਾਸੀ ਕੋਲ ਨੂੰ 3 ਦਿਨ ਹੋ ਗਏ ਹੁਣ ਅਸੀਂ ਆਏ ਹਾਂ ਬਾਹਰ ਹੈਰੀ ਆਇਆ ਸੀ ਘਰ ਸ਼ਾਮ ਨੂੰ 4:00 ਆਇਆ ਸੀ ਅਤੇ ਹੁਣ ਅਸੀਂ ਜਾ ਰਹੇ ਹਾਂ ਗੁਰਦੀਪ ਕੋਲ ਨੂੰ ਗੁਰਦੀਪ ਦੇ ਘਰ ਹੈ ਨਾ ਅਤੇ ਬਣੇ ਰਹੇ ਹੋ ਬਲੌਗ ਦੇ ਨਾਲ ਇੱਕ ਛੋਟਾ ਜਿਹਾ ਬਲੌਗ ਬਣਾਉਂਦੇ ਹਾਂ ਅਤੇ ਦਿਖਾਉਂਦੇ ਹਾਂ ਅੱਜ ਆਪਾਂ ਕੀ ਕਰਦੇ ਹਾਂ ਹੈ ਨਾ ਅਤੇ ਕੀ ਕੰਮ ਚੱਲਿਆ ਅਸੀਂ ਅਤੇ ਚਲੋ ਹੁਣ ਸਿੱਧਾ ਤੁਹਾਨੂੰ ਆਪਾਂ ਅੱਗੇ ਜਾ ਕੇ ਮਿਲਦੇ ਹਾਂ ਗੁਰਦੀਪ ਦੇ ਘਰ ਵਧੀਆ ਟੁੱਟੇ ਨਹੀਂ ਹੈਗੇ ਲੋਈ ਅਸੀਂ ਪਹੁੰਚ ਗਏ ਗੁਰਦੀਪ ਕੋਲੇ ਤੇ ਹੁਣ ਫੇਰ ਚੱਲੇ ਆ ਪਹੁੰਚਣ ਸਾਰੇ ਕੋਈ ਐਡੀ ਐਡੀ ਗਏ ਸੀ ਯਾਰ ਗੁਰਦੀਪ ਦੱਸ ਬਾਈ ਕਿੱਥੇ ਕੀ ਕਰਨ ਆਇਆ ਗੁਰਦੀਪ ਦੇ ਕਲਾੜੀ ਲੱਗੀ ਹੋਈ ਆ ਹੋ ਗਏ ਦੋ ਕੁ ਦਿਨ ਹੋ ਗਏ ਕਲਾੜੀ ਲੱਗੀ ਨੂੰ ਮੈਂ ਹੋਰੇ ਕੋ ਕਹਿ ਗਿਆ ਸੀ ਤੇ ਅਸੀਂ ਆਏ ਹੋਏ ਹੁਣ ਟਿੱਕੀ ਕਢਵਾਉਣ ਕੀ ਕਹਿੰਦੇ ਨੇ ਉਹ ਹਾਂ ਜਿਹੜੀ ਉਹ ਗੱਚ ਕਰੀ ਖਾਂਦੇ ਹੁੰਦੇ ਆਪਾਂ ਗੁੜ ਵਾਲੀ ਗੱਚ ਖਾਂਦੇ ਹੁੰਦੇ ਹਾਂ ਉਹ ਆਪਾਂ ਘਰੇ ਵੀ ਕੱਢ ਲੈਂਦੇ ਹੁੰਦੇ ਹਾਂ ਦੇਸੀ ਜੇ ਕਲਾੜੀ ਲੱਗੀ ਹੋਈ ਆ ਉਹਨੇ ਤੇ ਗੁਰਦੀਪ ਨੇ ਫੋਨ ਕਰਤਾ ਸੀ ਮੈਨੂੰ ਦੁਪਹਿਰੇ ਜੇ ਪੋਸਟਾਂ ਮੈਂ ਇਕੱਲੇ ਹੀ ਸੀ ਘਰੇ ਹੈਰੀ ਹੈ ਨਹੀਂ ਸੀ ਗਿਆ ਹੋਇਆ ਸੀ ਮਾਸੀ ਕੋਲ ਨੂੰ ਤੇ ਹੁਣ ਅਸੀਂ ਆਏ ਹੋਏ ਆ ਪ੍ਰਾਂਤਾਂ ਲੈ ਆਇਆ ਸੀ ਮੈਂ ਘਰੋਂ ਚੱਕ ਕੇ ਦੋ ਉਹ ਪਈਆਂ ਨੇ ਪਿੱਛੇ ਲਫਾਫੇ ਚੱਕ ਲਏ ਹੁਣ ਕਲਾੜੀ ਤੇ ਆਇਆ ਤੇ ਹੁਣ ਉੱਥੋਂ ਸਾਡੀ ਕਲਾੜੀ ਤੇ ਲੱਗੀ ਲਫਾਫਾ ਲੱਗੀ ਹੁਣ ਉੱਥੋਂ ਜਿਹੜੀ ਗੁੜ ਵਾਲੀ ਗੱਚਕ ਹੁੰਦੀ ਆ ਉਹ ਕੱਢਣੀ ਆ ਆਪਾਂ ਹੁਣ ਸਮਾਨ ਲੈਣ ਜਾਂਦੇ ਹਾਂ ਵਿੱਚ ਜਿਹੜਾ ਵੀ ਗੁੜ ਦੀ ਗੱਚਕ ਦੇ ਵਿੱਚ ਸਮਾਨ ਪੈਂਦਾ ਹੁੰਦਾ ਗਾ ਜਾਂ ਕੁਛ ਆਪਾਂ ਆਪਦੇ ਕੋਲ ਐਕਸਟਰਾ ਪਾਵਾਂਗੇ ਹੈ ਨਾ ਤੇ ਬਸ ਉਹ ਸਮਾਨ ਦਿਖਾਉਣੇ ਤੁਹਾਨੂੰ ਕਿਹੜਾ ਕਿਹੜਾ ਲੈਣਾ ਹੁਣ ਆਪਾਂ ਹੁਣ ਪਹੁੰਚੇ ਆ ਇੱਥੇ ਕਿ ਪਿੰਡ ਦੀ ਦੁਕਾਨ ਆ ਗੁਰਦੀਪ ਦਾ ਸਮਾਨ ਲੈਣਾ ਮੈਂ ਉੱਥੋਂ ਸਮਾਨ ਲਿਖ ਲਿਆ ਸੀ ਉਹ ਹੋਰ ਤਾਂ ਨਹੀਂ ਹੈਰੀ ਚਾਹੀਦਾ ਨਾ ਨਾ ਹੋਰ ਹੈ ਨਾ ਇੱਕ ਵਾਰੀ ਫੋਨ ਕਰ ਲੈਂਦਾ ਨਹੀਂ ਮੰਮੀ ਨੂੰ ਜਿਵੇਂ ਇੱਕ ਹੋਰ ਕੀ ਕਿਹਾ ਸੀ ਅੰਕਲ ਨੇ ਕੀ ਕਿਹਾ ਸੀ ਇੱਕ ਸੌਂਫ ਪਾ ਲਿਓ ਸੌਂਫ ਦੇ ਦਿਓ ਜੀ ਇੱਕ ਇੱਕ ਸੌਂਫ ਪਾ ਜੀ ਤੇ ਤਿਲ ਪਾ ਲਿਓ ਠੀਕ ਹੈ ਜੀ ਲਿਖ ਲਓ ਪਾਇਆ ਜੀ ਤੁਸੀਂ ਇੱਕ ਐਟਮ ਲੱਗ ਗਈ ਸਾਡੇ ਨਾਲ
ਮੈਂ ਚੱਕ ਲੂੰਗਾ ਫਿਰ, ਮੈਂ ਤੈਨੂੰ ਵੀ ਪਤਾ ਲੱਗੇ ਥੋੜਾ ਜਾ। ਮੰਮੀ ਦਾ ਫੋਨ ਨਹੀਂ ਹਲੇ ਖੋਲ ਲੈ, ਡਿੱਗੀ ਗੱਦੀ ਪਾਲੀ ਵੀ ਧਰਨੀ ਘਰੇ ਛੱਡਣੀ। ਚੱਲ ਚੱਕ ਲੈ ਫਿਰ। ਲੇਟ ਹੋ ਗਈ ਜੀ, ਨਿਖਰ ਗਿਆ ਪਹਿਲਾਂ ਹੀ ਕਰ ਲਾਂਗੇ। ਹਾਂਜੀ ਹਾਂਜੀ ਕੋਈ ਨੀ ਜੀ। ਕੀ ਹੋ ਗਿਆ, ਕੀ ਹੋ ਗਿਆ ਤੇਰਾ? ਕਾਲ ਅੰਕ ਦਾ ਸੀਰ ਬਾਜੀ ਆਹ ਮੰਜੇ ਦੇ ਥੱਲੇ ਪੈ ਨੇ ਮੇਰੇ ਲੱਗੇ ਜੇ। ਆਹ ਉਹ ਮੰਜੇ ਦੇ ਥੱਲੇ ਆ ਪੈ ਨੇ ਚੱਕ ਲਾ ਬਾਹਰ ਜਾ। ਆਹ ਬੰਦ ਲਾ ਇਥੋਂ ਬੜੀ ਇਹ ਕਿੰਨੇ ਕਿਲੋ ਆ ਜੀ ਇਹ? ਠੀਕ ਹੈ ਠੀਕ ਹੈ, ਚੱਕ ਰਹੇ ਆ ਗੱਡੀ ਵਾ ਤੂੰ ਲੱਗ ਨਾਲ। ਮੈਂ ਤਾਂ ਚੱਕ ਲੂੰ, ਮੈਨੂੰ ਤਾਂ ਪਤਾ ਹੀ ਆ। ਅੱਛਾ ਆਜੋ 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 ਆਜੋ, ਕੀ ਗੱਲ ਜ਼ੋਰ ਲੱਗ ਗਿਆ? ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਆਜੋ ਯਾਰ, ਇਹਨੂੰ ਗਾਹ ਨੂੰ ਕਰ ਦਿਓ ਉਹਦੇ। ਚੱਲੀਏ ਫਿਰ ਹੁਣ ਘਰੇ ਜਾਣਾ। ਐਂ ਕਰਦੀ ਪਏ, ਸਾਡਾ ਕੰਮ ਤਾਂ ਹੋ ਗਿਆ। ਮੈਂ ਕਹਿੰਦਾ ਜਿਹੜਾ ਕਰਨੇ ਸੀ ਆਏ ਸੀ ਨਾ। ਕੀ ਹੋ ਗਿਆ? ਉਹ ਜ਼ਿਆਦਾ ਜ਼ੋਰ ਮਾਰਤਾ ਸੀ ਮੈਂ ਲੱਗੀ ਸਰ, ਹੁਣ ਜ਼ਿਆਦਾ ਜ਼ੋਰ ਹੀ ਮਾਰ ਗਿਆ ਤੂੰ। ਚੱਲ ਡਰਾਈਵਰਾ, ਜਿਹੜਾ ਕੰਮ ਅਸੀਂ ਆਏ ਓਏ ਬੋਲ ਬਲਾਵਾ ਤੈਨੂੰ, ਜਿਹੜੇ ਕੰਮ ਅਸੀਂ ਆਏ ਲੀ ਬਣ ਦਿੰਦੇ ਬੋਲ ਲੈਣ ਦੇ ਮੈਨੂੰ ਪਹਿਲੀ ਨੀ ਬਣਦੇ ਫੇਰ ਬੋਲ ਪੈ ਬੋਲਣ ਲੱਗਦਾ ਮੈਂ। ਇਹ ਪਹਿਲੀ ਬਣਦੇ ਸੀ ਗੁਰਦੀਪ ਦੀ ਅਸੀਂ ਕਾਹਨੂੰ ਜੀ ਤੁਹਾਨੂੰ ਦੱਸਾਂਗੇ, ਜਿਹੜਾ ਕੰਮ ਅਸੀਂ ਕਰਨਾ ਸੀ ਫਿਲਹਾਲ ਹੋਇਆ ਨੀ ਹੈਗਾ, ਸਵੇਰੇ ਦੇਖਦੇ ਹਾਂ। ਬੰਦੇ ਦਾਬ ਗਏ ਸਾਡੇ, ਜਲਦੀ ਬੋਲਦੇ ਰਹੀ ਲਾਈਟ ਅੱਖਾਂ ਦੇ ਵੰਨੇ ਮੇਰੀ ਜੀ। ਓਏ ਕਿਧਰ ਏਰੀ ਅੱਡੀ ਬੂਰੇ ਅੱਡੀ ਲਾਈਟਾਂ ਚੱਲਦੀਆਂ ਨੇ, ਰੂੜੀਆਂ ਰੂੜੀਆਂ ਨੇ ਮੂਰੇ ਵੀ ਕੋਈ ਚੱਕਰ ਨਹੀਂ, ਚੜ ਕੇ ਗੁਜ਼ਰੀ ਜਾ ਗੱਡੀ ਦਾ ਕੁਝ ਨਹੀਂ ਜਾਂਦਾ ਕਿਤਾ ਜਾ। ਹੁਣ ਗੁਰਦੀਪ ਦੇ ਘਰੇ ਚੱਲਿਆ ਜੀ, ਜਿਹੜੀ ਦੇਸੀ ਸ਼ੱਕਰ ਕੱਢੀ ਸੀ ਇਹਨਾਂ ਨੇ, ਦੇਸੀ ਸ਼ੱਕਰ ਹੈ ਨਾ ਉਹ, ਤੇ ਉਹ 10 ਕਿਲੋ ਅਸੀਂ 20 ਕਿਲੋ ਕੇ 10 ਕਿਲੋ ਆਪਾਂ ਆਪਣੇ ਵਾਲੀ 20 ਕਿਲੋ ਸ਼ੱਕਰ ਅਸੀਂ ਰਹਿ ਕੇ ਚੱਲਿਆ ਘਰ ਨੂੰ ਦੇਸੀ, ਤੇ ਜਿਹੜੀ ਤੇ ਕਲਾੜੀ ਤੇ ਨਿਕਲੀ ਆ, ਤੇ ਬਾਕੀ ਜਿਹੜੀ ਬਚੀ ਆ ਬਾਕੀ ਪਿੱਛੇ ਨਾ ਸਾਰੀ ਗੁਰਦੀਪ ਕੇ ਘਰੇ ਬਸ ਛੱਡਣ ਜਾਂਦੇ ਹੁਣ ਅਸੀਂ। ਤੇ ਬਾਕੀ ਤੁਹਾਨੂੰ ਦੱਸਾਂਗੇ ਅਸੀਂ ਕਰਨ ਕੀ ਆਏ ਸੀ, ਪਹਿਲਾਂ ਮੈਂ ਦੱਸਿਆ ਵੀ ਆ ਪਰ ਉਹ ਕੰਮ ਹੋਇਆ ਨਹੀਂ, ਕਿਉਂ ਨਹੀਂ ਹੋਇਆ ਉਹ ਵੀ ਦੱਸਾਂਗੇ ਆਪਾਂ ਤੁਹਾਨੂੰ, ਹੈ ਨਾ। ਸਵੇਰੇ ਦੇਖਦੇ ਹਾਂ ਹੁਣ ਵੀ ਸ਼ਾਇਦ ਸਵੇਰੇ ਹੋ ਜਾਵੇ ਉਹ ਕੰਮ, ਹੋ ਜੂ ਗੁਰਦੀਪ ਸਵੇਰੇ ਫਿਰ, ਹੈ ਨਾ? ਹੈ ਨਾ, ਠੀਕ ਹੈ ਠੀਕ ਹੈ। ਕੀ ਪਾਇਆ ਗਾ ਇਹਦੇ ਚ ਆਪਾਂ? ਇੱਕ ਤਾਂ ਉਹ ਪਏ ਨੇ ਗੀਰੂ ਦੇ ਮੂੰਗਫਲੀ ਦੇ ਦਾਣੇ, ਹੈ ਨਾ, ਮੂੰਗਫਲੀ ਦੇ ਦਾਣੇ। ਹਾਂ ਤੇ ਤੇਲ
ਚਲ ਸੌਂਫ ਜਮੈਣ ਠੀਕ ਹੈ ਤੇ ਖੋਪਾ ਖੋਪਾ ਬਾਕੀ ਗੁੜ ਗੁੜ ਜ਼ਰੂਰੀ ਹੈ ਹਾਂ ਗੁੜ ਤਾਂ ਨਹੀਂ ਬਸ ਹੁਣ ਘਰ ਨੂੰ ਚੱਲਦੇ ਆ ਚੱਲ ਠੀਕ ਆ ਭਾਈ ਗਦੀਪ ਚੱਲਦੇ ਆ ਜਿਹੜੀ ਉਹ ਗੁਰਦੀਪ ਕੇ ਤੁਸੀਂ ਦੇਖੇ ਨੀ ਸੀ ਪ੍ਰਾਂਤ ਦੇ ਵਿੱਚ ਟਿੱਕੀ ਜੀ ਬਣਵਾਈ ਹੋਈ ਸੀ ਜਿਹਨੂੰ ਆਪਾਂ ਗੁੜ ਵਾਲੀ ਗੱਚਕ ਵੀ ਬੋਲਦੇ ਹਾਂ ਨਾ ਪਰ ਆਪਾਂ ਕਈ ਵਾਰ ਮੁੱਲ ਲੈਂਦੇ ਹੁੰਦੇ ਹਾਂ ਬੜੀ ਬਣਵਾਈ ਰੇਹੜੀਆਂ ਦੇ ਉੱਪਰ ਹੋ ਜਾਂਦੇ ਕਿਸੇ ਦੁਕਾਨ ਤੋਂ ਹੈ ਨਾ ਅਸੀਂ ਵੀ ਲੈ ਲੈਂਦੇ ਹੁੰਦੇ ਕਈ ਵਾਰ ਪਰ ਜਿਹੜੀ ਘਰ ਦੀ ਬਣੀ ਹੁੰਦੀ ਆ ਨਾ ਉਹ ਚੀਜ਼ ਅੱਡੇ ਹੁੰਦੀ ਆ ਉਹ ਤਾਂ ਉਹ ਪੂਰੀ ਫੁੱਲ ਪਿਓਰ ਚੀਜ਼ ਹੁੰਦੀ ਆ ਖੁਦ ਆਪਾਂ ਸਮਾਨ ਖਰੀਦਦੇ ਹਾਂ ਕਾਜੂ ਬਦਾਮ ਜਾਂ ਕੁਛ ਵੀ ਕੋਪਾ ਵਗੈਰਾ ਹੈ ਨਾ ਫਿਰ ਉਹ 'ਚ ਪਾਉਂਦੇ ਹਾਂ ਅਤੇ ਘਰ ਦਾ ਕਲਾੜੀ ਦਾ ਦੇਖ ਲਓ ਦੇਸੀ ਗੁੜ ਹੁੰਦਾ ਹੈਗਾ ਅਤੇ ਹੁਣ ਘਰ ਜਾ ਕੇ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਹੈ ਨਾ ਕੀ ਰੀਜ਼ਨ ਸੀ ਹੈ ਨਾ ਅਤੇ ਬਣਵਾਉਣਾ ਸੀ ਉਹੀ ਆਏ ਸੀ ਪਰ ਬਣਾ ਨਹੀਂ ਪਾਏ ਹੈਗੇ ਅਸੀਂ ਉਹ ਚਲੋ ਚੱਲਦੇ ਹੀ ਹੁਣ ਇੱਥੋਂ ਗੱਡੀ ਮੈਂ ਚਲਾਉਣਾ ਗਾ ਡੈਰੀ ਨੂੰ ਵੀ ਨੀਂਦ ਆਉਂਦੀ ਹੈ ਹੈ ਨਾ ਅਤੇ ਠੰਡ 'ਚ ਆਇਆ ਸੀ ਆਉਣ ਸਾਰੇ ਮੈਂ ਇਹਨੂੰ ਇੱਧਰ ਨੂੰ ਲੈ ਆਇਆ ਬਸ ਘਰ ਥੋੜ੍ਹਾ ਕੁ ਟਾਈਮ ਬੈਠਿਆ ਹੁਣ ਇਹਨੇ ਚਾਹ ਪੀਤੀ ਹੋਣੀ ਆ ਆਉਣ ਸਾਰੇ ਨੂੰ ਮੈਂ ਇੱਧਰ ਨੂੰ ਲੈ ਆਇਆ ਮੈਂ ਕਿਹਾ ਚੱਲ ਆਪਾਂ ਜਾ ਕੇ ਆਉਣਾ ਗੱਲ ਜੀ ਅਤੇ ਚਲੋ ਠੀਕ ਆ ਜੀ ਫਿਰ ਗਾਹਾਂ ਮਿਲਦੇ ਹੁਣ ਜਾ ਕੇ ਘਰ ਜਾ ਕੇ ਸਮਝੀ ਹੁਣ ਗੁਰਦੀਪ ਕੋਲੋਂ ਆ ਕੇ ਅਸੀਂ ਰਸਤੇ 'ਚ ਰੁਕੇ ਹਾਂ ਅਤੇ ਅਸੀਂ ਕਿਹੜਾ ਮਨ ਨਵੀਂ ਇਸ ਟਾਈਮ ਪਾਲੇ ਵੀਰੇ ਦੇ ਜਿਹੜੇ ਸਮੋਸੇ ਨੇ ਉਹ ਖਾਂਦੇ ਹਾਂ ਸਾਡੀ ਸਲਾਹ 'ਚ ਬਣੀ ਰਸਤੇ 'ਚੋਂ ਵੀ ਚੱਲ ਕੇ ਖਾ ਕੇ ਚੱਲਦੇ ਹਾਂ ਹੈਰੀ ਕਹਿੰਦਾ ਬਰਗਰ ਖਾਣਾ ਮੈਂ ਬਰਗਰ ਨਾਲ ਤਾਂ ਕੁਛ ਹੋਰ ਖਾਂਦੇ ਹਾਂ ਯਾਦ ਕਰਦੇ ਕਰਦੇ ਮੈਂ ਕਿਹਾ ਛੋਟੇ ਹੁੰਦੇ ਆਉਂਦੇ ਹੁੰਦੇ ਸੀ ਪਾਲੇ ਵੀਰੇ ਦੇ ਮੈਂ ਕਿਹਾ ਚੱਲ ਆਪਾਂ ਪਾਲੇ 'ਤੇ ਚੱਲਦੇ ਹਾਂ ਸਮੋਸੇ ਖਾਂਦੇ ਹਾਂ ਬਹੁਤ ਜ਼ਿਆਦਾ ਟਾਈਮ ਘੱਟੋ ਘੱਟ ਕਿੰਨਾ ਟਾਈਮ ਹੋ ਗਿਆ ਇਹਨਾਂ ਆਪਾਂ ਨੂੰ ਰੇਹੜੀ ਲਾਉਂਦਾ ਹੁੰਦਾ ਸੀ ਵੀਰ ਤੇ ਹੁਣ ਇਹ ਦੁਕਾਨ ਦੇ ਵਿੱਚ ਦੇਖ ਲਓ ਸਮੋਸੇ ਬਣਾਉਂਦਾ ਗਾ ਦੁਕਾਨ ਤੇ ਆ ਗਿਆ ਹੁਣ ਇਹ ਤੇ ਖਾਂਦੇ ਆ ਨਾਲ ਨੂੰ ਕੀ ਆ ਮੂਲੀ ਹੈ ਤੇ ਸਮੋਸੇ ਨੇ ਮਸਾਲਾ ਭੁੱਕਿਆ ਹੋਇਆ ਜਿਹੜਾ ਮਸਾਲਾ ਹੈਗਾ ਨਾ ਬਹੁਤ ਜ਼ਿਆਦਾ ਘੈਂਟ ਚੀਜ਼ ਲੱਗਦੀ ਮੈਨੂੰ ਤਾਂ ਹੈਰੀ ਇਹ ਤਾਂ ਘਰੇ ਆਇਆ ਸੀ ਸ਼ਾਮ ਨੂੰ 4:30 ਵਜੇ 5 ਵਜੇ ਅਸੀਂ ਤੁਰ ਪਏ ਸੀ ਘਰੋਂ ਉਸ ਟਾਈਮ ਮੈਂ ਇਕੱਲੇ ਆ ਕੇ ਚਾਹੇ ਪੀਤੀ ਸੀ ਖਾਧਾ ਵੀ ਨਹੀਂ ਕੁਛ ਕਹਿੰਦਾ ਭੁੱਖ ਲੱਗੀ ਪਈ ਸੀ ਮੈਂ ਕਿਹਾ ਚੱਲ ਹੁਣ ਸਮੋਸੇ ਖਾ ਕੇ ਚੱਲ ਜਾਂਦੇ ਹੋਏ ਜਾਣੇ ਉੱਪਰ ਠੰਡ ਇੰਨੀ ਜ਼ਿਆਦਾ ਗਰਮ ਗਰਮ ਸਮੋਸੇ ਚਲੋ ਖਾਂਦੇ ਹੀ ਪਰੇਡ ਦੇ 'ਚ ਨਾ ਆ ਨਹੀਂ ਹੈਗਾ ਤੇਰੀ ਆਹੀ ਹੋ ਗਈ ਲੱਗਦਾ ਹੈ ਨਹੀਂ ਨਹੀਂ ਠੀਕ ਹੀ ਹੈ ਅੱਜ ਪਸੰਦ ਮੈਂ ਜ਼ਿਆਦਾ ਖਾਂਦਾ ਨਹੀਂ ਹੈਗਾ ਕੀ ਆਹ ਮੂਲੀਆਂ ਨੇ ਮੈਂ ਹੈਰੀ ਨੂੰ ਦੇ ਤੀਆਂ ਫਿਰ ਕੈਂਟ ਨਾ ਬਈ ਬਹੁਤ ਟਾਈਮ ਬਾਅਦ ਖਾਂਦੇ ਹੈ ਨਾ ਸਪਾਈਸੀ ਜਿਹੇ ਨੇ ਮੇਰੀ ਯਾਰ ਚਟਣੀ ਤਾਂ ਸਾਰੀ ਤੁਹਾਡੀ ਆ ਗਈ ਹੁਣ ਉੱਪਰ 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 ਪਾਉਣਾ ਚੱਕ ਚੱਕ ਕੇ
ਕਰਤਾ ਸਾਰੇ ਠੀਕ ਹੋਵੋਗੇ। ਤੇ ਅੱਜ ਦੂਜਾ ਦਿਨ, ਕੱਲ ਤੁਸੀਂ ਦੇਖਿਆ ਹੋਣਾ ਗਾ ਸ਼ਾਮ ਜੇ ਨੂੰ 7 ਵਜੇ ਅਸੀਂ ਘਰੇ ਵਾਪਸ ਆ ਗਏ ਸੀ ਦੁਬਾਰੇ। ਤੇ ਹੁਣ ਚੱਲੇ ਹਾਂ ਗੁਰਦੀਪ ਕੋਲ ਨੂੰ, ਬਸ ਗੁਰਦੀਪ ਦੇ ਪਿੰਡ ਪਹੁੰਚ ਗਏ ਹਨਾ, ਨਜ਼ਦੀਕ ਹਾਂ ਅਸੀਂ ਹੁਣ ਇਸ ਟਾਈਮ। ਤੇ ਚਲੋ ਗੁਰਦੀਪ ਕੋਲ ਜਾ ਕੇ ਮਿਲਦੇ ਹਾਂ, ਦੱਸਦੇ ਹਾਂ ਗੱਲਬਾਤ ਤੁਹਾਨੂੰ, ਹੋਰ ਕਰਦੇ ਗੱਲਾਂ ਬਾਤਾਂ। ਮੋਬਾਈਲ 'ਤੇ ਲੱਗਿਆ ਪਿਆ।
ਜਿਹਨੂੰ ਕੱਲ ਅਸੀਂ ਲੇਟ ਹੋ ਗਏ ਤੇ ਜਿਹੜੇ ਗੰਨੇ ਸੀ ਉਹ ਇਹਨਾਂ ਨੇ ਸਾਰੇ ਕੱਢ ਲਏ ਸੀ ਬਸ ਆਹ ਕਹਿੰਦੇ ਕਾਜੂ ਬਦਾਮ ਹੋ ਗਏ ਹੋਰ ਜਾਂ ਕੁਛ ਵੀ ਹੋ ਗਿਆ ਉਹ ਲੈਣ ਜਾ ਰਹੇ ਹਾਂ ਹੁਣ ਅਸੀਂ ਇਸ ਟਾਈਮ ਤੇ ਉਹ ਦੇਖਦੇ ਹਾਂ ਕੀ ਕੀ ਪਾਉਣਾ ਗਾ ਹੈ ਨਾ ਮੰਮੀ ਨੇ ਸਾਨੂੰ ਲਿਸਟ ਬਣਾ ਕੇ ਦੇ ਦਿੱਤੀ ਸੀ ਇੱਕ ਹੈਡ ਕਿ ਹੈਰੀ ਨੇ ਮੋਬਾਈਲ 'ਚ ਪਾ ਲੈ ਲਿਖ ਲਿਆ ਸੀ ਉਹ ਸਮਾਨ ਜਿਹੜਾ ਜਿਹੜਾ ਸਮਾਨ ਲੈਣਾ ਸੀ ਅਸੋ ਜਾ ਕੇ ਲੈਂਦੇ ਹਾਂ ਤਾਂ ਰਾਤ ਨੂੰ ਇੱਥੋਂ ਲੈਣਾ ਸਮਾਨ ਸਾਡਾ ਜੀ ਹੋ ਪ੍ਰਾਂਤਾਂ ਕੱਢ ਲਈਆਂ ਵਿੱਚੋਂ ਇੱਕ ਛੋਟੀ ਇੱਕ ਵੱਡੀ ਆ ਤੇ ਉਹ ਸਮਾਨ ਆ ਚਲਾ ਜਾ ਹੁਣ ਪਰ ਕੀ ਇੱਕ ਗਰੀਬ ਦਾ ਜ਼ੋਰ ਲਾ ਘੁੰਮਾ ਕੇ ਖਾ ਸਕਦਾ ਲੈ ਫੜਾ ਦੇ ਬਸ ਛੱਡ ਦੇ ਜਿੱਪੀ ਜਾਂਦਾ ਨਾ
ਵੀ ਦੇਖ ਰਹੇ ਇਹਨੂੰ ਟਰਾਈ ਕਰਕੇ। ਮੈਂ ਤਾਂ ਬਹੁਤ ਟਾਈਮ ਹੋ ਗਿਆ, 3 ਸਾਲ ਹੋ ਗਏ, ਛੋਟੇ ਹੁੰਦੇ ਨੇ ਖਾਧਾ ਸੀ, ਮੇਰੇ ਦਾਦੇ ਨੇ ਖਵਾਇਆ ਸੀ ਮੈਨੂੰ ਪਹਿਲੀ ਵਾਰ ਇਹ ਕਲਾੜੀ ਦੇ। ਉਹ ਚਿੱਪਦਾ ਗਾ ਬੁਖਾਰ ਹੋ ਗਿਆ ਸੀ ਰਾਤ ਕਾਫੀ ਆ ਤੇ ਸਾਰੀ ਰਾਤ ਮੈਨੂੰ ਨੀਂਦ ਨੀ ਆਈ ਹੈਗੀ। ਹੁਣ ਜਦੋਂ ਮੈਂ ਗੁਰਦੀਪ ਕੋਲੇ ਆਇਆਗਾ ਸਿਰਫ ਮੈਂ ਘੰਟੇ ਦੀ ਨੀਂਦ ਕੱਢੀ ਹੋਈ ਹੈ, ਸਿਰਫ ਮੈਂ ਘੰਟਾ ਸੁੱਤਾਂਗਾ ਸਿਰਫ ਮੈਂ ਕੱਲਾ ਦੇਖ ਲਓ ਵੀ ਸਵੇਰੇ ਜਾ ਕੇ ਮੈਨੂੰ ਨੀਂਦ ਆਈ ਆ ਸੁਬਹ ਸੁਬਹ। ਤੇ ਹੁਣ ਉਹ ਗੁਰਦੀਪ ਨੂੰ ਬੈਠੇ ਨੇ ਸਾਹਮਣੇ ਬਸ ਹੈਰੀ ਤੇ ਗੁਰਦੀਪ, ਜਿਹੜਾ ਉਹ ਗੰਨਾ ਤੁਸੀਂ ਦੇਖਦੇ ਹੋ ਮੇਰੀ ਉਂਗਲ ਦੇ ਕੋਲੇ, ਹਨਾ ਸਿਰਫ ਉਹੀ ਉਹੀ ਗੰਨਾ ਰਹਿੰਦਾ ਗਾ ਜਾਂ ਥੋੜੇ ਇੱਧਰ ਪਿਆ ਗਾ, ਬਸ ਉਹੀ ਉਹੀ ਕੱਢਣਾ ਗਾ। ਤੇ ਫਿਰ ਗੁਰਦੀਪ ਕਹਿੰਦੇ ਆਪਦੀ ਜਿਹੜੀ ਕਲਾੜੀ ਲਾਈ ਹੋਈ ਹੈ ਬੰਦ ਕਰ ਦੇਣੀ ਆ, ਗੁਰਦੀਪ ਕੱਢਣ ਹੋ ਜਾਣਾ ਸਾਰਾ ਉਹ ਕੰਮ। ਤੇ ਅਜੇ ਲਾਸਟ ਡੇ ਸੀ, ਅੱਜ ਆਖਰੀ ਦਿਨ ਸੀ ਇਹਨਾਂ ਦਾ ਉਹ ਕਲਾੜੀ ਤੇ, ਤਾਂ ਹੀ ਕਰਕੇ ਇਹਨੇ ਮੈਨੂੰ ਕੱਲ ਕਹਿਤਾ ਸੀ ਕਹਿੰਦਾ ਵੀ ਆ ਜੀ ਤੇ ਜਿਹੜਾ ਵੀ ਤੁਸੀਂ ਕਢਵਾਉਣੀ ਆ ਟਿੱਕੀ ਹੈ ਨਾ ਉਹ ਕੜਾ ਕੱਢ ਕੇ ਲੈ ਜਾਓ, ਕਹਿੰਦਾ ਉਹ ਜੋ ਸਮਾਨ ਸਮੂਨ ਚਾਹੀਦਾ। ਕਹਿੰਦਾ ਭਰੂ ਨਹੀਂ ਲਿਆਂਦਾ, ਗੁਰਦੀਪ ਦੇ ਪਿੰਡ ਵੀ ਲਿਆਂਦਾ ਸਮਾਨ, ਪਹਿਲਾਂ ਸੈਰੋ ਲੈਣ ਜਾਂਦਾ ਸੀ ਮੈਂ। ਗੁਰਦੀਪ ਕਹਿੰਦਾ ਹੋਰੋਂ ਜੱਜੀ ਤੋਂ ਅਸੀਂ ਲੈਂਦੇ ਹਾਂ ਸਮਾਨ, ਕਹਿੰਦਾ ਉਹ ਤੋਂ ਹੀ ਸਮਾਨ ਲੈ ਲਿਓ ਤੁਸੀਂ, ਕਹਿੰਦਾ ਨਾਲੇ ਰੇਟ ਠੀਕ ਲਾਉਂਦਾ ਉਹ, ਨਾਲੇ ਸਮਾਨ ਵੀ ਵਧੀਆ ਹੁੰਦਾ ਗਾ। ਹੁਣੇ ਸਮਾਨ ਲਿਆ ਕੇ ਉਹ ਤੋਂ ਬਸ ਇੱਕ ਅੱਧਾ ਗਲਾਸ ਪੀਤਾ, ਗੁੜ ਖਾਧਾ ਥੋੜ੍ਹਾ ਜਿਹਾ, ਜ਼ਿਆਦਾ ਨਹੀਂ ਖਾਧਾ ਮੈਂ, ਥੋੜ੍ਹਾ ਹੀ ਗੁੜ ਖਾਧਾ ਗਾ ਹੈ ਨਾ। ਹੁਣ ਮੈਂ 3 ਗਲਾਸ ਪੀਤਾ ਲਏ ਦੇਖ ਲਓ ਇਹਦੇ ਗੰਨੇ ਦੇ ਰਸ ਦੇ, ਪਰ ਹੁਣ ਮੈਨੂੰ ਲੱਗਦਾ ਕਿ ਇਹ ਮੇਰਾ ਗਲ ਫੜੂਗਾ ਜੇ ਮੈਂ ਹੋਰ ਜ਼ਿਆਦਾ ਪੀ ਲਏ ਗਲਾਸ, ਉਸ ਤਾਂ ਠੰਡਾ ਬਹੁਤ ਜ਼ਿਆਦਾ ਆ ਹੈ ਨਾ, ਕਾਫੀ ਜ਼ਿਆਦਾ ਠੰਡਾ ਗਾ, ਮੈਂ ਪਹਿਲੇ ਹੀ ਥੋੜ੍ਹਾ ਜਿਹਾ ਬਿਮਾਰ ਹਾਂ। ਅਤੇ ਬਸ ਹੁਣ ਮੈਂ ਕਾਰ 'ਚ ਆ ਕੇ ਬੈਠ ਗਿਆ, ਥੋੜ੍ਹਾ ਜਿਹਾ ਹੀਟਰ ਲਾ ਲਿਆ ਸੀ, ਹੁਣ ਵਾਰੀ ਆਊਗੀ ਬਸ ਜਿਹੜਾ ਸਮਾਨ ਆ ਉਹ ਆਪਾਂ ਪਾਉਣਾ ਗਾ ਪ੍ਰਾਂਤਾਂ ਦੇ ਵਿੱਚ, ਜਿਵੇਂ ਕਰਦੇ ਸੀ। ਮੈਂ ਤਾਂ ਪਹਿਲੀ ਵਾਰ ਦੇਖੂੰਗਾ ਟਿੱਕੀ ਕਿਵੇਂ ਬਣਦੀ ਹੈ, ਮੈਂ ਨਹੀਂ ਕਦੇ ਦੇਖੀ ਹੈਗੀ ਸਮਾਂ, ਮੈਂ ਖਾਧੀ ਆ ਇਕੱਲੀ ਜ਼ਰੂਰ, ਪਰ ਮੈਂ ਬਣਦੀ ਨਹੀਂ ਦੇਖੀ ਕਿਵੇਂ ਬਣਦੀ ਹੈ ਹੈ ਨਾ। ਅਤੇ ਹੈਰੀ ਨਹੀਂ ਤਾਂ ਹੈਰੀ ਨੇ ਆਉਣਾ ਸੀ, ਮੈਂ ਚੱਲ ਮੈਂ ਵੀ ਚੱਲਦਾ ਹਾਂ ਦੇਖ ਲੈਣਾ ਕਿਵੇਂ ਬਣਦੀ ਹੈ, ਨਾਲੇ ਤੁਹਾਨੂੰ ਦਿਖਾਉਂਦੇ ਹਾਂ, ਤੁਹਾਨੂੰ ਕਈਆਂ ਨੂੰ ਪਤਾ ਵੀ ਹੋਣਾ ਵੀ ਕਿਵੇਂ ਬਣਦੀ ਹੈ ਟਿੱਕੀ ਇਹ, ਪਰ ਮੈਂ ਪਹਿਲੀ ਵਾਰ ਦੇਖ ਰਿਹਾ ਹੈਗਾ ਟਿੱਕੀ ਬਣਦੀ ਵੀ ਕਿਵੇਂ ਬਣਦੀ ਹੈ, ਖਾਧੀ ਬਹੁਤ ਵਾਰ ਆ। ਅਤੇ ਚਲੋ ਠੀਕ ਹੈ ਜੀ, ਹੁਣ ਮੈਂ ਦੇਖਦਾ ਮੈਂ ਕਿਸੇ ਗਰਮ ਜਿਹੇ ਪਾਣੀ ਨਾਲ ਦਵਾਈ ਲੈਂਦਾ ਗਾ, ਪਤੀ ਗੋਲੀਆਂ ਲੈਂਦਾ ਗਾ ਬੁਖਾਰ ਦੀਆਂ, ਅਤੇ ਹੁਣ ਤੁਹਾਨੂੰ ਸਿੱਧਾ ਮਿਲਾਂਗੇ ਉਸ ਟਾਈਮ, ਹਲੇ ਉਰੇ 1 ਘੰਟਾ ਲੱਗੂ ਹਲੇ, ਹੁਣ ਤੁਹਾਨੂੰ ਸਿੱਧਾ ਮਿਲਾਂਗੇ ਆਪਾਂ ਜਦੋਂ ਆਪਾਂ ਟਿੱਕੀ ਦਾ ਸਮਾਨ ਤਿਆਰ ਕਰਾਂਗੇ ਬਸ ਹੁਣ, ਹੈ ਨਾ। ਬਸ ਹੁਣ ਤਿਆਰੀ ਕਰਦੇ ਹਾਂ ਅਸੀਂ ਟਿੱਕੀ ਬਣਾਉਣ ਦੀ।
ਤੇ ਅਸਮਾਨ ਕੱਟਦਾ ਗਾ ਗੁਰਦੀਪ ਜਿਹੜੇ ਕਾਜੂ ਸੀ ਉਹ ਪਹਿਲਾਂ ਕਰ ਲਏ ਸੀ ਹੈ ਤੇ ਇਹਨੇ ਗੁਰਦੀਪ ਨੇ ਮਕਾਰ 'ਚ ਬੈਠੇ ਸੀ ਉਸ ਟਾਈਮ ਤੁਹਾਨੂੰ ਦੱਸਿਆ ਸੀ ਤੇ ਬਸ ਅਸਮਾਨ ਰੱਖ ਲਿਆ ਸਾਰਾ ਇੱਥੇ ਪ੍ਰਾਂਤਾਂ ਹੋ ਗਈਆਂ ਉਹਦੇ 'ਚੋਂ ਗਰਮ ਗਰਮ ਜਿਹੜਾ ਗੋੜਾ ਉਹ ਪਾ ਦੇਣਾ ਇਹਨਾਂ 'ਚ ਅਤੇ ਹੁਣ ਬਦਾਮ ਕੱਟ ਰਿਹਾ ਗੁਰਦੀਪ ਬਾਕੀ ਉਹ ਕੱਟ ਲਏ ਸੀ ਕਾਜੂ ਹੈ ਨਾ ਠੀਕ ਹੈ ਠੀਕ ਹੈ ਆਹ ਪਾ ਦੇਣਾ ਗਾ ਜੀ ਬਸ ਇਹਦੇ 'ਚ ਆਪਾਂ ਤੇਰੇ ਵਾਲੀ ਗੱਲਾਂ ਹੁੰਦੀਆਂ ਦੰਦੀਆਂ ਕੱਢੀਆਂ ਨਾ ਪਿੱਛੇ ਪਿਆ ਚਾਰ ਚੀਜ਼ਾਂ ਪਈਆਂ ਨੇ ਨਾ
ਓਕੇ ਕੈਡੀ ਹੋ ਗਿਆ ਟਿੱਕੇ ਨਾਲ ਠੀਕ ਹੈ ਠੀਕ ਹੈ ਪਹਿਲਾਂ ਥੋੜ੍ਹੀ ਜਿਹੀ ਖਾਧੀ ਸੀ ਮੈਂ ਹੁਣ ਆਹ ਭਰ ਕੇ ਲੈ ਕੇ ਆਇਆ ਇਹ ਦੇਖਦੇ ਹਾਂ ਖਾ ਕੇ ਇਹ ਲਾਲ ਜਿਹੀ ਨਿਕਲ ਆਉਂਦੀ ਹੈ ਜਿਹੜੀ ਉਹ ਉਹ ਮੈਨੂੰ ਔਖੀ ਲੱਗਦੀ ਹੈ ਉਹ ਬੁਰੀ ਲੱਗਦੀ ਹੈ ਖਾਧੀ ਨਹੀਂ ਹੁੰਦੀ ਹੈਗੀ ਹੱਥਾਂ 'ਚ ਕੈਮਰਾ ਫੜ ਕੇ ਮਿੱਠੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟੇਸਟੀ ਗੁਰਦੀਪ ਵੀ ਖਾ ਰਿਹਾ ਗਰਮ ਗਰਮ ਆ ਪੂਰੀ ਗਰਮ ਗਰਮ ਹੋ ਕਹਿਣਾ ਕੀ ਹੋਵੇ ਮੈਂ ਕਈ ਸਾਲ ਕਦ ਨੂੰ ਲੋਈ ਹੋ ਗਈ ਬਣ ਕੇ ਤਿਆਰ ਟਿੱਕੀ ਆਪਣੀ ਤੇ ਚੱਕੀ ਦੋਹੇ ਉੱਥੇ ਰੱਖਤੀ ਸੀ ਹਨਾ ਵੀ ਹੁਣ ਕੀ ਕੈਡੀ ਇੰਜ ਹੋ ਜਾਣਗੀਆਂ ਸਖਤ ਹੋ ਜਾਣਗੀਆਂ ਸਖਤ ਹੋ ਗਈ ਓਏ
ਲਿਬੜਦੇ ਨਹੀਂ ਨੀਚੇ ਨੂੰ ਨਹੀਂ ਸਟਾਮ ਨਾਲ ਰੱਖ ਚਲੋ ਕਰ ਲਓ ਟਿੱਕੀ ਹੋ ਗਈ ਆਪਣੀ ਬਣ ਕੇ ਤਿਆਰ ਅਤੇ ਬਸ ਹੁਣ ਵਿੱਚ ਰੱਖਤੀ ਕਾਰ ਦੇ ਦੋਵੇਂ ਪ੍ਰਾਂਤਾਂ ਇੱਕ ਛੋਟੀ ਸੀ ਇੱਕ ਪਰਾਤ ਵੱਡੀ ਸੀ ਜ਼ਿਆਦੇ ਅਤੇ ਵਜਨ ਵਗੈਰਾ ਵੀ ਕਰ ਲਿਆ ਇਹਨਾਂ ਦਾ ਕਰਦੇ ਹੁੰਦੇ ਨੇ ਪਤਾ ਨਹੀਂ ਗੱਦੀ ਬਣੇ ਨੂੰ ਪਤਾ ਮੈਨੂੰ ਨਹੀਂ ਪਤਾ ਇੰਨਾ ਬਸ ਚੱਲਦੇ ਹੀ ਹੁਣ ਇੱਥੋਂ ਹੈ ਨਾ ਆਹੀ ਕੰਮ ਸੀ ਆਪਾਂ ਨੂੰ ਅਤੇ ਬਸ ਇਹਨਾਂ ਨੇ ਵੀ ਹੁਣ ਗੁਰਦੀਪ ਉਹਨਾਂ ਨੇ ਵੀ ਸਮਾਪਤੀ ਕਰਤੀ ਇੱਥੋਂ ਹੈ ਨਾ ਉਰੇ ਦੇਖੋ ਕੋਈ ਨਹੀਂ ਰਿਹਾ ਹੁਣ ਗੰਨਾ ਇੱਕ ਚੀਜ਼ ਹੋ ਗੁੜ ਵਧੀਆ ਗਾ ਗੜਨਾ ਅੱਛਾ ਜ਼ਿਆਦਾ ਨਾ ਗਾਈ ਕਿਤੇ ਉਹ ਕਮਰ ਆ ਜਾਣਾ ਛੋਟੇ ਹੁੰਦੇ ਹੋ ਗਏ ਜ਼ਿਆਦਾ ਹਾਂਜੀ ਅਤੇ ਹੁਣ ਬੈਠ ਕੇ ਆ ਕੇ ਕਾਰ 'ਚ ਬਸ ਅਤੇ ਆਹ ਪਿੱਛੇ ਰੱਖਤੀ ਆ ਪ੍ਰਾਂਤਾਂ ਤੁਸੀਂ ਦੇਖਦੇ ਹੋ ਮੈਂ ਗੁਰਦੀਪ ਹੈਰੀ ਇੱਕ ਲਾੜੀ ਲੱਗੀ ਹੋਈ ਸੀ ਗੁਰਦੀਪ ਕੇ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਤੁਹਾਨੂੰ ਵੀਡੀਓ 'ਚ ਗੁਰਦੀਪ ਕਿੰਨੇ ਦਿਨ ਲੱਗੀ ਰਹੀ ਹੈ ਆਪਣੇ ਤਿੰਨ ਦਿਨ ਠੀਕ ਆ ਹੋ ਗਿਆ ਸਰ ਅੱਜ ਕੰਮ ਡਨ ਫਿਰ ਠੀਕ ਹੈ ਠੀਕ ਹੈ ਠੀਕ ਹੈ ਬਈ ਗੰਨੇ ਦਾ ਰਸ ਬਹੁਤ ਜ਼ਿਆਦਾ ਪੀਤਾ ਉਰੇ ਰਾਤ ਬੁਖਾਰ ਸੀ ਮੈਨੂੰ ਪਰ ਉਰੇ ਆ ਕੇ ਲੱਗਦਾ ਗਾ ਨਾਲੇ ਗੁੜ ਖਾਧਾ ਗਰਮ ਕਰਮ ਤਿੰਨ ਚਾਰ ਗਲਾਸ ਰਸ ਦੇ ਪੀਤੇ ਵਿੱਚ ਮਸਾਲਾ ਲੂਣ ਜਿਹਾ ਪਾ ਕੇ ਮੈਂ ਕਹਿੰਦਾ ਸਵਾਦ ਆ ਗਿਆ ਪੂਰਾ ਪੀ ਕੇ ਬਹੁਤ ਜ਼ਿਆਦਾ ਇਹ ਸੀਜ਼ਨ ਦਾ ਪਹਿਲਾਂ ਪੀਤਾ ਮੈਂ ਨਹੀਂ ਗਰਮੀ 'ਚ ਪੀਤਾ ਸੀ ਸਿੱਧਾ ਹੈ ਨਾ ਕੇਸਰ ਲਾਗੇ ਚਲੋ ਜੀ ਹੁਣ ਚੱਲਦੇ ਹਾਂ ਅਸੀਂ ਘਰ ਨੂੰ ਹੈ ਨਾ ਅਤੇ ਸ਼ਾਮ ਦੇ 4 ਵੱਜਣ ਵਾਲੇ ਨੇ ਹੈ ਨਾ ਅਤੇ 4 ਵੱਜਣ ਦੇ ਵਿੱਚ ਸਿਰਫ 10 ਮਿੰਟ ਰਹਿੰਦੇ ਨੇ ਅਤੇ ਅਸੀਂ ਆ ਗਏ ਸੀ 11 ਕੁ ਵਜੇ ਆ ਗਏ ਸੀ ਗੁਰਦੀਪ ਕੋਲ ਕਾਫੀ ਟਾਈਮ ਤਾਂ ਚਲੋ ਕਾਰ 'ਚ ਬੈਠੇ ਰਹੇ ਜਾਂ ਫਿਰ ਇੱਥੇ ਕੰਮ ਕਰਾਈ ਗਏ ਅਤੇ ਚਲੋ ਹੁਣ ਅੱਗੇ ਜਾ ਕੇ ਮਿਲਦਾ ਤੁਹਾਨੂੰ ਜੀ ਚਲੋ ਠੀਕ ਆ ਗੁਰਦੀਪ ਵੀਰੇ ਬੁਲਾ ਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਦੀਪ ਵੱਲੋਂ ਗੁੱਡ ਆਫਟਰਨੂਨ ਗੱਡੀ ਜ਼ਿਆਦਾ ਮੁੜ ਗਈ ਕਿਤੇ ਸਟੀਅਰਿੰਗ ਦਾ ਨਹੀਂ ਫ੍ਰੀ ਹੋਣਾ ਮੈਨੂੰ ਐਂ ਲੱਗਿਆ ਜਿਵੇਂ ਜ਼ਿਆਦਾ ਮੁੜ ਗਈ ਨਹੀਂ ਨਹੀਂ ਐਂ ਥੋੜ੍ਹੀ ਸਟੀਅਰਿੰਗ ਪਹਿਲਾਂ ਨਾਲੋਂ ਗੇੜੇ ਵੱਧਾ ਕੇ ਹੁੰਦੇ ਨੇ ਨਹੀਂ 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 ਮਾਂ ਕਿਤੇ ਕਤੂੜਾ ਵੇਖਾ ਤੇਰੇ ਨੂੰ ਰਾਤ ਜਿਵੇਂ ਤੂੰ ਰਾਤ ਕਰਦਾ ਹੋਇਆ ਰਾਤ ਇੱਕ ਵਾਰ ਤਾਂ ਡਰ ਗਿਆ ਸੀ ਮੈਂ ਉਹ ਲਫਾਫਾ ਦੀ ਉਹ ਦੇ ਹੁਣ ਵੀ ਲਫਾਫਾ ਹੀ ਪਿਆ ਮਾਂ ਕਿਤੇ ਕਤੂੜਾ ਚੱਲ ਵੀ ਨਿਕਲੀਏ ਪਿੰਡ ਚੋਂ ਬਾਹਰ ਚੱਲੀਏ ਫਿਰ ਇੱਧਰ ਨਿਗਾਹ ਮਾਰ ਥੋੜ੍ਹੀ ਜਿਹੀ ਕੋਈ ਨਹੀਂ ਆਉਂਦਾ ਚੱਲ ਇੱਧਰ ਦੇਖ ਲਾ ਇਹ ਹੁਣੇ ਘਰੇ ਆਏ ਹਾਂ ਹਲੇ ਅਸੀਂ ਅਤੇ ਜਿਹੜੀਆਂ ਪਿੱਛੇ ਪ੍ਰਾਂਤਾਂ ਪਈਆਂ ਸੀਆਂ ਦੋ ਉਹ ਟਿੱਕੀ ਦੀਆਂ ਹਾਂ ਉਹ ਧਰਤੀਆਂ ਅੰਦਰ ਅਸੀਂ ਅਤੇ ਦੋ ਦਿਨ ਹੋ ਗਏ ਸਾਨੂੰ ਆਹੀ ਕੰਮ ਕਰਦਿਆਂ ਨੂੰ ਅਤੇ ਚੱਲ ਇੱਕ ਤਾਂ ਸ਼ੱਕਰ ਲੈ ਕੇ ਆਇਆ ਸੀ 20 ਕਿਲੋ ਹੈ ਨਾ ਉਹ ਕੱਲ੍ਹ ਸ਼ੱਕਰ ਲਿਆਉਂਦੀ 20 ਕਿਲੋ ਚੱਲ ਦੇਸੀ ਸ਼ੱਕਰ ਆ ਘਰ ਦੀ ਦੇਸੀ ਸ਼ੱਕਰ ਅਤੇ ਸਾਹਮਣੇ ਕੱਢੀ ਉਹਨਾਂ ਨੇ ਦੇਖ ਲਓ ਅਤੇ ਗੁੜ ਲਿਆਂਦਾ ਥੋੜ੍ਹਾ ਜਿਹਾ ਬਾਕੀ ਆ ਟਿੱਕੀਆਂ ਬਣਵਾਈਆਂ ਨੇ ਆਪਾਂ ਘਰ ਦੀਆਂ ਅਤੇ ਜਿਹਨੂੰ ਆਪਾਂ ਗੱਚਕ ਵੀ ਬੋਲ ਦਿੰਦੇ ਹਾਂ ਬਸ ਇਹੀ ਦੋ ਤਿੰਨ ਕੰਮ ਸੀ ਛੋਟੇ ਛੋਟੇ ਜਿਹੇ ਹੈ ਨਾ ਅਤੇ ਕੱਲ੍ਹ ਸਾਤੋਂ ਜਿਹੜਾ ਬਲੌਗ ਸੀ ਕੱਲ੍ਹ ਦਾ ਅਤੇ ਇਹ ਤਾਂ ਅੱਜ ਦੇ ਦਿਨ ਦੇ ਤੁਸੀਂ ਵੀਡੀਓ ਦੇਖਿਆ ਜਿਹੜਾ ਪਿੱਛੇ ਤੁਸੀਂ ਵੀਡੀਓ ਦੇਖੀ ਕੱਲ੍ਹ ਦੇ ਦਿਨ ਦੀ ਸ਼ਾਮ ਨੂੰ ਅਸੀਂ ਗਏ ਸੀ ਉੱਥੇ ਲੇਟ ਹੋ ਗਏ ਸੀ ਅਸੀਂ ਉੱਥੇ ਨਿਕਲ ਨਹੀਂ ਸੀ ਹੈਗੀ ਟਿੱਕੀ ਫਿਰ ਅੰਕਲ ਕਹਿੰਦਾ ਕੱਲ੍ਹ ਨੂੰ ਆਇਓ ਕਹਿੰਦਾ ਵੀ ਆਪਾਂ ਕੰਮ ਚੱਕਤਾ ਹੁਣ ਕਹਿੰਦਾ ਹੁਣ ਤਾਂ ਕੱਲ੍ਹ ਨੂੰ ਚਲਾਵਾਂਗੇ ਆਪਾਂ ਕੱਲ੍ਹ ਨੂੰ ਹੀ ਕਰਾਂਗੇ ਹੈ ਨਾ ਮੈਂ ਕਿਹਾ ਠੀਕ ਆ ਜੀ ਫਿਰ ਕੱਲ੍ਹ ਨੂੰ ਆ ਜਾਵਾਂਗੇ ਫਿਰ ਅੱਜ ਅਸੀਂ ਟਾਈਮ ਜੇ ਨਾਲ ਚਲੇ ਗਏ ਸੀ 10-11 ਕੁ ਵਜੇ ਨੂੰ ਅਸੀਂ ਉੱਥੇ ਗੁਰਦੀਪ ਕੋਲ ਚਲੇ ਗਏ ਸੀ ਫਿਰ ਵੀ ਦੇਖੋ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਕਿਉਂਕਿ ਉੱਥੇ ਕੁਸਕਿਆਂ ਨੇ ਸ਼ੱਕਰ ਵੀ ਲੈਣ ਆਏ ਸੀ ਹੈ ਨਾ ਜਿਹੜੀ ਇਹਨਾਂ ਨੇ ਸ਼ੱਕਰ ਕੱਢੀ ਸੀ ਉਹਦੇ ਕਰਕੇ ਟਾਈਮ ਲੱਗ ਗਿਆ ਅਤੇ ਐਂਡ 'ਤੇ ਜਿਹੜੀ ਕੱਢਿਆ ਸੀ ਕੜਾਹਾ ਜਿਹਾ ਐਂਡ 'ਤੇ ਕੱਢਿਆ ਸੀ ਤੱਤੇ ਗੁੜ ਦਾ ਉਹਦੀ ਕਰਵਾਈ ਸੀ ਅਸੀਂ ਇਹ ਟਿੱਕੀ ਅਤੇ ਸਮਾਨ ਲਿਆਂਦਾ ਘਰ ਦਾ ਆਪਾਂ ਘਰ ਦਾ ਸਮਾਨ ਪਾਇਆ ਗਾ ਹੈ ਨਾ ਖਰੀਦ ਕੇ ਤੁਹਾਡੇ ਸਾਹਮਣੇ
ਕਾਜੂ ਬਦਾਮ ਤੇ ਸੌਂਫ ਵਗੈਰਾ ਹੋਰ ਜੋ ਹੁੰਦਾ ਗਾ ਉਹ ਪਾਇਆ ਗਾ। ਤੇ ਬਸ ਇਹੀ ਆਪਣਾ ਛੋਟਾ ਜਿਹਾ ਬਲੌਗ ਸੀ ਜੀ, ਇੱਕ ਵੈਸੇ ਬਲੌਗ ਵੱਡਾ ਬਣ ਗਿਆ ਹੋਣਾ ਮੈਨੂੰ ਲੱਗਦਾ ਗਾ, ਤੇ ਬਾਕੀ ਐਡੀਟਿੰਗ ਦਾ ਟਾਈਮ ਦੇਖੂੰਗਾ ਮੈਂ। ਤੇ ਚਲੋ ਠੀਕ ਹੈ ਜੀ, ਹੁਣ ਮਿਲਦੇ ਹਾਂ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ। ਉਮੀਦ ਕਰਦਾ ਅੱਜ ਦਾ ਵਲੌਗ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਗਾ। ਵਧੀਆ ਲੱਗਿਆ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਜੇ ਬੈੱਲ ਆਈਕਾਨ ਆਉਂਦੀ ਹੋਣੀ ਉਹਨੂੰ ਜ਼ਰੂਰ ਔਨ ਕਰ ਦਿਓ, ਅਤੇ ਤਾਂ ਕਿ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ। ਚਲੋ ਜੀ ਹੁਣ ਮਿਲਦੇ ਹਾਂ ਕਿਸੇ ਅਗਲੇ ਵਲੌਗ ਦੇ ਵਿੱਚ, ਜਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।